पहुंचे गैरी द नॉल स्टार यार कलाकार। मेहनत दम ते हासिल कीता मुकाम एवी नहीं पंजाबी इंडस्ट्री दे विच नाम आर्टिस्ट बाला ये कमाल मेरे नाल मौजूद है हरदीप ग्रेवाल पसी प्यार परी सत श्री अकाल वेलकम टू माय फ्रेंड सत श्री अकाल जी सत श्री अकाल थैंक यू सो मच जी किवें लग्या आके फिर बड़ा वधिया लग्या निग्गा निग्गा लग रहा मैं तां अच्छा भाजी गोल्डन हार्ट गाना आ चुका है हां जी ते केदे गोल्डन हार्ट ने तुहानू इंप्रेस कीता कि तुसी गाना ही काट दित्ता नहीं गोल्डन हार्ट तां आया ना फिर बंदा अपनी तरीफ आप ही करदा हुंदा गाने च आप ही करनी पैंदी आ ओके मैं तां अपने दिल दी गल करदा ते भाजी मैं ओदियां लाइनां सुनना चाहूंगा फिर आपां कारवाई अग्गे तोरांगे आन दियो ओदियां लाइनां सुनाओ हो पैरा विच घूमदी जे तू डायमंड पाके ओ वड्डे वैली रखदा जट भी थल्ले लाके नी उपर नाटक करदी नी दिल तो मरदी क्यों अड़ी गरारी आहा ओ फेर ना करी बलेम साडा सरनेम भी पैंदा पारी आ नी लुक स्मार्ट ते गोल्डन हार्ट लिंक सरकारी आ वाह क्या बात है ए बारी आप दा लिखया गाना अपने लिखया ते ए किवें सबब बनया अपने चैनल तो रिलीज करन दा ਸਬੱਬ ਇੱਦਾਂ ਬਣਿਆ ਭਾਜੀ ਵੀ ਕਈ ਚੀਜ਼ਾਂ ਅਸਲ ਜਿਹੜੀ ਵੀ ਬਣਾਉਂਦੇ ਹਾਂ ਆਪਾਂ ਡਮੀਸ ਬਣਾਉਂਦੇ ਹਾਂ ਹਨਾ ਕਈ ਵਾਰੀ ਕੀ ਹੁੰਦਾ ਕਿ ਅਸੀਂ ਬਣਾ ਕੇ ਸੋਚੀ ਜਾਈਦਾ ਜੀ ਚਾਰ ਬੰਦੇ ਬੈਠਦੇ ਸੋਚਦੇ ਹਾਂ ਵੀ ਯਾਰ ਇਹਦੀ ਵੀਡੀਓ ਕਰੀਏ ਨਾ ਕਰੀਏ ਕਰੀਏ ਨਾ ਕਰੀਏ ਇੱਦਾਂ ਕਈ ਡਮੀ ਸਾਡੇ ਕੋਲ ਬਣ ਜਾਂਦੀਆਂ ਨੇ ਓਕੇ ਸੋਚ ਹੀ ਨਹੀਂ ਸਮਝ ਨਹੀਂ ਪਾਉਂਦੇ ਅਸੀਂ ਵੀ ਕਿਹੜੀ ਵੀਡੀਓ ਕਰੀਏ ਕਿਹਦੀ ਨਾ ਕਰੀਏ ਸੋ ਅਸੀਂ ਇਹ ਚੀਜ਼ ਸੋਚੀ ਕਿ ਇੱਕ ਆਡੀਓ ਤਿਆਰ ਕਰੀਏ ਲੋਕਾਂ ਨੂੰ ਸੁਣਾਈਏ ਉਹਨਾਂ ਨੂੰ ਪੁੱਛੀਏ ਕਿ ਤੁਹਾਨੂੰ ਇਹ ਚੀਜ਼ ਵਧੀਆ ਲੱਗੀ ਜੇ ਉਹ ਕਹਿਣਗੇ ਸਾਨੂੰ ਵਧੀਆ ਲੱਗੀ ਦੈਨ ਉਹਦੀ ਅਸੀਂ ਵੀਡੀਓ ਕਰ ਸਕਦੇ ਹਾਂ ਓਕੇ ਸੋ ਉਸ ਲੜੀ ਦਾ ਇਹ ਸਭ ਤੋਂ ਪਹਿਲਾ ਗਾਣਾ ਜਿਹੜਾ ਆਪਣੇ YouTube ਚੈਨਲ ਤੋਂ ਸੀ ਗੋਲਡਨ ਹਾਰਟ ਕੀ ਬਾਤ ਹੈ ਅੱਛਾ ਭਾਜੀ ਠੋਕਰ ਗਾਣੇ ਤੋਂ ਬਾਅਦ ਅਸਲੀ ਨਾਮ ਹੋ ਗਿਆ ਸੀ ਹਰਦੀਪ ਗਰੇਵਾਲ ਹੈ ਹਾਂਜੀ ਤੇ ਅਸਲ 'ਚ ਜ਼ਿੰਦਗੀ 'ਚ ਠੋਕਰ ਵੱਜੀ ਹੈ ਕੋਈ ਇੱਦਾਂ ਦੀ ਜੋ ਨਹੀਂ ਭੁੱਲਣ ਵਾਲੀ ਨਹੀਂ ਦੇਖੋ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਈਏ ਪਰ ਪਰਮਾਤਮਾ ਦੀ ਬੜੀ ਕਿਰਪਾ ਰਹੀ ਆ ਠੋਕਰ ਜੇ ਠੋਕਰ ਗਾਣੇ ਤੋਂ ਪਹਿਲਾਂ ਕਰੀ ਕੀਤੀ ਜਾਵੇ ਤਾਂ ਕੋਈ ਏਦਾਂ ਦੀ ਗੱਲ ਨਹੀਂ ਮੈਂ ਸਮਝਦਾ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਜੇ ਬੰਦਾ ਦਿਲ ਤੇ ਲਾ ਕੇ ਬਹਿ ਜਾਵੇ ਫਿਰ ਤਾਂ ਹੱਲ ਹੀ ਕੋਈ ਨਹੀਂ ਤੇ ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ ਵੀ ਠੋਕਰ ਗਾਣੇ ਤੋਂ ਬਾਅਦ ਇਹ ਚੀਜ਼ ਮੈਨੂੰ ਲੱਗੀ ਆ ਕਿ ਸਟਰਗਲ ਹੋਰ ਵੱਧ ਗਈ ਓਕੇ ਠੋਕਰ ਗਾਣੇ ਤੋਂ ਪਹਿਲਾਂ ਇੱਕ ਜ਼ਿੰਦਗੀ ਨਾਰਮਲ ਇੱਕ ਸਟੂਡੈਂਟ ਦੀ ਜ਼ਿੰਦਗੀ ਚੱਲਦੀ ਹੈ ਸਟੂਡੈਂਟ ਤੋਂ ਬਾਅਦ ਮੈਂ ਜੋਬ ਕਰਨ ਲੱਗ ਗਿਆ ਸੀ ਉਹ ਜ਼ਿੰਦਗੀ ਮੇਰੀ ਚੱਲੀ ਤੇ ਪਰ ਅਸਲੀ ਸਟਰਗਲ ਉਦੋਂ ਹੁੰਦੀ ਹੈ ਜਦੋਂ ਤੁਸੀਂ ਮੈਦਾਨ ਚ ਆਉਂਦੇ ਹੋ ਠੋਕਰ ਗਾਣਾ ਕਰਨ ਤੋਂ ਬਾਅਦ ਮੈਨੂੰ ਮਹਿਸੂਸ ਹੋਈ ਗੱਲ ਓਕੇ ਤੇ ਭਾਜੀ ਮੈਂ ਠੋਕਰ ਦੀਆਂ ਲਾਈਨਾਂ ਸੁਣਨਾ ਚਾਹੂੰਗਾ ਮੇਰਾ ਪਰਸਨਲੀ ਬੜਾ ਫੇਵਰਟ ਹੈ ਮੈਂ ਦੱਸਣਾ ਚਾਹੂੰਗਾ ਮੈਂ ਜਦੋਂ ਵੀ ਕਿਤੇ ਲੋ ਫੀਲ ਕਰਦਾ ਮੈਂ ਗਾਣਾ ਜ਼ਰੂਰ ਸੁਣਦਾ ਹੁੰਦਾ ਕਿਉਂਕਿ ਉਹ ਗਾਣਾ ਕਿਤੇ ਨਾ ਕਿਤੇ ਮੋਟੀਵੇਟ ਕਰਦਾ ਆਉਂਦੇ ਹੋ ਭਾਜੀ ਹਾਂਜੀ ਮੋਟੀਵੇਟ ਤਾਂ ਵੀਰੇ ਮੈਨੂੰ ਵੀ ਬੜਾ ਕਰਦਾ ਉਹ ਗਾਣਾ ਕੀ ਬਾਤ ਹੈ ਸੁਣਾਉਣਾ ਮੈਂ ਤੁਹਾਨੂੰ ਹਾਂਜੀ ਹੋ ਠੋਕਰ ਠੋਕਰ ਖਾ ਕੇ ਉੱਠੀਏ ਬੱਲਿਆਂ ਪੈਰ ਪਿੱਛੇ ਨਾ ਪੱਟੀਏ ਪਹਿਲਾ ਪਹਿਲਾ ਕਿਸਮਤ ਨਖਰੇ ਕਰਦੀ ਹੁੰਦੀ ਆ ਟੋਰ ਦੇਖ ਕੇ ਇੱਕ ਲੋਕਾਂ ਦੀ ਰੜਦੀ ਹੁੰਦੀ ਆ ਤੁਣਕਾ 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 ਕਰਕੇ ਗੁੱਡੀ ਚੜਦੀ ਹੁੰਦੀ ਆ ਉਹ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਕਿਆ ਬਾਤ ਹੈ ਕਿਆ ਬਾਤ ਹੈ ਤੇ ਤੁਸੀਂ ਆਪ ਕਿਸ ਤੋਂ ਇਨਸਪਾਇਰ ਹੋ ਇਹ ਸੱਚ ਤਾਂ ਕੋਈ ਨਹੀਂ ਮੈਂ ਕਹਿ ਸਕਦਾ ਵੀ ਮੈਂ ਕਿਸੇ ਦਾ ਨਾਮ ਲੈ ਸਕਾਂ ਮੈਂ ਕਿਸੇ ਤੋਂ ਇਨਸਪਾਇਰਡ ਹਾਂ ਤੇ ਮੇਰੇ ਹਿਸਾਬ ਨਾਲ ਇਨਸਪੀਰੇਸ਼ਨ ਤੁਹਾਨੂੰ ਹਾਲਾਤ ਦਿੰਦੇ ਆ ਤੁਹਾਡੇ ਜਿਹੜੇ ਹਾਲਾਤਾਂ 'ਚ ਤੁਸੀਂ ਹੈਗੇ ਹੋ ਨਾ ਇਨਸਪੀਰੇਸ਼ਨ ਤੁਸੀਂ ਦੋ ਤਰ੍ਹਾਂ ਦੀ ਲੈ ਸਕਦੇ ਹੋ ਉਸ ਵਕਤ ਜਾਂ ਤਾਂ ਨੈਗੇਟਿਵ ਲੈ ਲਓ ਜਾਂ ਪੋਜ਼ਿਟਿਵ ਲੈ ਲਓ ਜੇ ਨੈਗੇਟਿਵ ਲੈ ਲਓਗੇ ਤਾਂ ਤੁਸੀਂ ਪੁੱਠੇ ਪਾਸੇ ਚਲੇ ਜਾਣਾ ਥੱਲੇ ਚਲੇ ਜਾਣਾ ਜੇ ਪੋਜ਼ਿਟਿਵ ਲਓਗੇ ਤਾਂ ਤੁਸੀਂ ਇਹ ਲੈ ਸਕਦੇ ਵੀ ਮੇਰੇ ਅੱਜ ਹਾਲਾਤ ਮਾੜੇ ਆ ਮੈਂ ਇਹਨਾਂ ਨੂੰ ਬਦਲਣਾ ਤੇ ਮੈਂ ਕੋਸ਼ਿਸ਼ ਕਰਾਂ ਕੀ ਬਾਤ ਹੈ ਹਾਲਾਤ ਹੀ ਸਿਖਾਉਂਦੇ ਆ ਤੇ ਭਾਜੀ ਬੁਲੰਦੀਆਂ ਗਾਣਾ ਵੀ ਸੁਪਰ ਡੁਪਰ ਹਿੱਟ ਰਿਹਾ ਮੈਂ ਉਹਦੀਆਂ ਵੀ ਲਾਈਨਾਂ ਸੁਣਨਾ ਚਾਹੂੰਗਾ ਠੀਕ ਹੈ ਜੀ ਚਲੋ ਤੁਸੀਂ ਗਾਣੇ ਸਾਰੇ ਇੱਕ ਇੱਕ ਕਰਕੇ ਆਪ ਸੁਣਾ ਦਿੰਦੇ ਆਂ ਦਿਓ ਭਾਜੀ ਹਾਂਜੀ ਉਹ ਹਟਿਆ ਸੀ ਪਿੱਛੇ ਛਾਲ ਲਾਉਣ ਨੂੰ ਮੈਂ ਕਦੇ ਵੀ ਮੈਦਾਨ ਨਹੀਂ ਸੀ ਛੱਡਿਆ ਸੁਣੂਗਾ ਖੜਾਕਾ ਵੱਜੀ ਸੱਟ ਦਾ ਜਦੋਂ ਫੱਟਿਆਂ ਚ ਕਿੱਲ ਗਿਆ ਗੱਡਿਆ ਬਾਜ ਨੇ ਉਡਾਰੀ ਜਦੋਂ ਭਰਲੀ ਫੇਰ ਕਿੱਥੇ ਮਨ ਦਾ ਪਾਬੰਦੀਆਂ ਪੈਂਦਾ ਆਪਣੇ ਮੁਕੱਦਰਾਂ ਨਾ ਪਿੜਨਾ ਸੌਖੀਆਂ ਨੀ ਪਾਉਣੀਆਂ ਬੁਲੰਦੀਆਂ ਪੈਂਦਾ ਆਪਣੇ ਮੁਕੱਦਰਾਂ ਨਾ ਪਿੜਨਾ ਸੌਖੀਆਂ ਨੀ ਪਾਉਣੀਆਂ ਬੁਲੰਦੀਆਂ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਭਾਜੀ ਤੇ ਮੇਰੇ 'ਚ ਇੱਕ ਸਿਮਿਲੈਰਿਟੀ ਹੈ ਮੈਂ ਦੱਸਾਂ ਕਿ ਭਾਜੀ ਵੀ ਪਹਿਲਾਂ ਪ੍ਰੋਫੈਸਰ ਰਹੇ ਨੇ ਮੈਂ ਵੀ ਪਹਿਲਾਂ ਪ੍ਰੋਫੈਸਰ ਰਿਹਾ ਹਾਂਜੀ ਤੇ ਭਾਜੀ ਉਹ ਛੱਡਣ ਦਾ ਰੀਜ਼ਨ ਕੀ ਸੀ ਜਿੰਨਾ ਪ੍ਰੋਫੈਸਰ ਰਹੇ ਹੋਵੋਗੇ ਮੈਂ ਲੈਕਚਰਰ ਰਿਹਾ ਅਰੇ ਕਿਆ ਬਾਤ ਹੈ ਵੱਡੀ ਪੋਸਟ ਤੇ ਸੀ ਮੈਂ ਹਜੇ ਸ਼ੁਰੂ ਹੀ ਕੀਤਾ ਸੀ ਕੰਮ ਇਹ
ਤੇ ਮੈਂ ਤਾਂ ਲਾਇਆ ਹੀ ਥੋੜਾ ਟਾਈਮ ਆ ਜੀ ਐਜ਼ ਅ ਲੈਕਚਰਰ ਸੀ ਮੈਂ ਤਿੰਨ ਸਾਢੇ ਤਿੰਨ ਮਹੀਨੇ ਮਸਾਂ ਲਾਏ ਨੇ ਮੈਂ ਭਾਜੀ ਮੈਂ ਵੀ ਸੱਚੀ ਤਿੰਨ ਸਾਢੇ ਤਿੰਨ ਮਹੀਨੇ ਲਾਏ ਨੇ ਮਜ਼ਾਕ ਵਾਲੀ ਗੱਲ ਨਹੀਂ ਸੌਂ ਵਾਲੀ ਗੱਲ ਜਿਨ੍ਹਾਂ ਦੇ ਅੰਦਰ ਇਦਾਂ ਦੇ ਕੀੜੇ ਹੁੰਦੇ ਆ ਉਹ ਇੰਨਾ ਕੀ ਟਾਈਮ ਲਾਉਂਦੇ ਤੇ ਭਾਜੀ ਛੱਡਣ ਦਾ ਕਾਰਨ ਕੀ ਟੀਚਿੰਗ ਪ੍ਰੋਫੈਸ਼ਨ ਕੀੜਾ ਓਕੇ ਕੀੜਾ ਸੀ ਵੀਰੇ ਮੇਰੇ ਸਕੂਲ ਟਾਈਮ ਤੋਂ ਕੀੜਾ ਸੀਗਾ ਗਾਉਣ ਦਾ ਹਾਂ ਕਾਲਜ ਪੜ੍ਹਦੇ ਪੜ੍ਹਦੇ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਪੜ੍ਹ ਗਏ ਅੱਛਾ ਅਸਲ 'ਚ ਪਲੱਸ ਟੂ ਤੋਂ ਬਾਅਦ ਟਵੈਲਥ ਤੋਂ ਬਾਅਦ ਮੈਂ ਬੀ ਟੈਕ ਕਰ ਲਈ ਮਕੈਨੀਕਲ ਇੰਜੀਨੀਅਰਿੰਗ ਫਿਰ ਐਮ ਟੈਕ ਵੀ ਕਰਨ ਲੱਗ ਗਿਆ ਪਤਾ ਨਹੀਂ ਕੀ ਸੋਚ ਕੇ ਸ਼ਾਇਦ ਸਾਰੇ ਦੋਸਤ ਕਰ ਰਹੇ ਸੀ ਤਾਂ ਮੈਂ ਕਰ ਲਈ ਸੋਚਦਾ ਇਹ ਹੁੰਦਾ ਸੀ ਮੈਂ ਗਾਉਣਾ ਕਰਨ ਮੈਂ ਬੀ ਟੈਕ ਲੱਗਿਆ ਹੋਇਆ ਸੀ ਓਕੇ ਐਮ ਟੈਕ ਕਰਕੇ ਫਿਰ ਆਏ ਹੁੰਦਾ ਨਾ ਜਦੋਂ ਤੁਸੀਂ ਐਮ ਟੈਕ ਕਰ ਲਈ ਤੁਸੀਂ ਪੜ੍ਹ ਬਹੁਤ ਗਏ ਫਿਰ ਤੁਹਾਨੂੰ ਘਰਦਿਆਂ ਵੱਲੋਂ ਜਾਂ ਸਾਰਿਆਂ ਵੱਲੋਂ ਏਦਾਂ ਹੁੰਦਾ ਵੀ ਯਾਰ ਕੋਈ ਜੋਬ ਕਰੋ ਬੰਦਾ ਐਮ ਟੈਕ ਵਾਲੇ ਬੰਦੇ ਨੂੰ ਜੋਬ ਮਿਲ ਜਾਂਦੀ ਆ ਤੇ ਲੈਕਚਰਰ ਦੀ ਜਿਹੜੀ ਜੋਬ ਜਾਂ ਤੁਸੀਂ ਪ੍ਰੋਫੈਸਰ ਦੀ ਗੱਲ ਕਰਦੇ ਹੋ ਬੜੀ ਕਹਿ ਲਓ ਵੀ ਰਿਸਪੈਕਟੇਬਲ ਜੋਬ ਆ ਐਗਜ਼ੈਕਟਲੀ ਹਾਂ ਵਾਈਟ ਕਲਰ ਜੋਬ ਆ ਤੁਹਾਨੂੰ ਰਿਸ਼ਤੇਦਾਰ ਸਾਰੇ ਆ ਕਹਿੰਦੇ ਵੀ ਵੈਰੀ ਗੁੱਡ ਪ੍ਰੋਫੈਸਰ ਲੈਕਚਰਰ ਓਏ ਫਲਾਣੇ ਦਾ ਮੁੰਡਾ ਦੇਖਿਆ ਤੁਸੀਂ ਲੈਕਚਰਰ ਆ ਨਾ ਪ੍ਰੋਫੈਸਰ ਆ ਉਹ ਇੱਜ਼ਤ ਮਾਣੀ ਇੰਨਾ ਜ਼ਿਆਦਾ ਹੁਣ ਉਹ ਤਾਂ ਪਤਾ ਉੱਥੇ ਜਾ ਕੇ ਲੱਗਦਾ ਨਾ ਵੀ ਉੱਥੇ ਕੀ ਮਾਹੌਲ ਆ ਪ੍ਰੋਫੈਸਰ ਕੀ ਕਰਦੇ ਆ ਤੇ ਸਟੂਡੈਂਟ ਕੀ ਕਰਦੇ ਆ ਸਹੀ ਗੱਲ ਹੈ ਨਹੀਂ ਮੇਰਾ ਦਿਲ ਲੱਗਿਆ ਮੈਂ ਐਵੇਂ ਕਹਾ ਮੈਨੂੰ ਏਦਾਂ ਲੱਗਿਆ ਕਿ ਯਾਰ ਅੱਜ ਮੈਂ ਇਹ ਜੋਬ ਕਰਦਾ ਰਹੂੰਗਾ 10 ਸਾਲ ਕਰਦਾ ਰਹਾ 15 ਸਾਲ ਕਰਦਾ ਰਹਾ 15 ਸਾਲ ਬਾਅਦ 10 ਸਾਲ ਬਾਅਦ ਮੈਂ ਸੋਚਾਂ ਵੀ ਮੈਂ ਹੁਣ ਗਾ ਲਾਂ ਹਨਾ ਫੇਰ ਉਹ ਉਮਰ ਨਹੀਂ ਰਹਿਣੀ ਜਾਂ ਉਹ ਹੋ ਸਕਦਾ ਮੈਂ ਉਹੀ ਨਾ ਰਹਾ ਅੱਛਾ ਭਾਜੀ ਜ਼ਿੰਦਗੀ ਦਾ ਕੋਈ ਐਸਾ ਸੀਕ੍ਰੇਟ ਜੋ ਕਿਸੇ ਨੂੰ ਨਹੀਂ ਪਤਾ ਹਲੇ ਤੱਕ ਜ਼ਿੰਦਗੀ ਕਿਸੇ ਨੂੰ ਨਾ ਪਤਾ ਹੋਵੇ ਇਹ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਖਾਸ ਦੋਸਤ ਹੁੰਦੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਨਹੀਂ ਆਮ ਜਨਤਾ ਨੂੰ ਨਾ ਪਤਾ ਹੋਵੇ ਤਾਂ ਇੱਕ ਛੱਡੋ ਕਿੰਨੇ ਹੀ ਹੋਣਗੇ ਜਿਹੜੇ ਨਹੀਂ ਪਤਾ ਹੋਣਗੇ ਤੇ ਭਾਜੀ ਇੱਕ ਐਸਾ ਜੋ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਤੁਹਾਨੂੰ ਲੱਗਦਾ ਹੈ ਕਿ ਸ਼ੇਅਰ ਕਰਨਾ ਚਾਹੀਦਾ ਹੈ ਜੇ ਅੱਜ ਆਪਾਂ ਇੰਟਰਵਿਊ ਕਰਨ ਆਏ ਆ ਤਾਂ ਸੀਕ੍ਰੇਟ ਨਹੀਂ ਮੈਂ ਕਹੂੰਗਾ ਮੈਂ ਦਿਲ ਦੀ ਗੱਲ ਕਹੂੰਗਾ ਇੱਕ ਸੀਕ੍ਰੇਟ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਲੁਕੋ ਕੇ ਰੱਖਣ ਵਾਲੀਆਂ ਚੀਜ਼ਾਂ ਤਾਂ ਉਹ ਹੁੰਦੀਆਂ ਨੇ ਕਈ ਚੀਜ਼ਾਂ ਥੋੜੀਆਂ ਪਰਸਨਲ ਹੁੰਦੀਆਂ ਨਾ ਫੈਮਿਲੀ ਨਾਲ ਰਿਲੇਟਡ ਹੁੰਦੀਆਂ ਨੇ ਉਹ ਹੁੰਦੀਆਂ ਨੇ ਕੁਛ ਚੀਜ਼ਾਂ ਦਿਲ ਦੀ ਗੱਲ ਇਹ ਆ ਵੀ ਮੈਨੂੰ ਏਦਾਂ ਲੱਗਦਾ ਹੁੰਦਾ ਵੀ ਜਦੋਂ ਮੈਂ ਸ਼ੁਰੂਆਤ ਕੀਤੀ ਨਾ ਇੱਕ ਜਿਹੜੀ ਵਾਹ ਵਾਹ ਤਾੜੀਆਂ ਮੈਨੂੰ ਬਹੁਤ ਮਿਲੀਆਂ ਅਵਾਰਡ ਵੀ ਮਿਲਿਆ ਸਾਰਾ ਕੁਛ ਪਰ ਮੈਨੂੰ ਕਦੇ ਕਦੇ ਏਦਾਂ ਲੱਗਦਾ ਹੁੰਦਾ ਵੀ ਆਪਣੇ ਜਿਹੜੇ ਸੁਣਨ ਵਾਲੇ ਆ ਮੈਨੂੰ ਮਲਾਲ ਕਹਿ ਲਓ ਦਿਲ ਚ ਹਨਾ ਵੀ ਆਪਣੇ ਸੁਣਨ ਵਾਲੇ ਜਿਹੜੇ ਨੇ ਜੇ ਮੈਂ ਉਹੀ ਉਹ ਗਾਣੇ ਠੁੱਕਰ ਗਾਣੇ ਦੀ ਜਗ੍ਹਾ ਤੁਸੀਂ ਐ ਸਮਝ ਲਓ ਮੈਂ ਕੋਈ ਕਮਰਸ਼ੀਅਲ ਗਾਣਾ ਕੋਈ ਦਾਰੂ ਤੇ ਗਾਣਾ ਕੀਤਾ ਹੁੰਦਾ ਕੋਈ ਅਸਲੇ ਤੇ ਗਾਣਾ ਕੀਤਾ ਹੁੰਦਾ ਸ਼ਾਇਦ ਮੈਨੂੰ ਉਸ ਤੋਂ ਬਾਅਦ ਮੈਂ 2 ਸਾਲ ਵੀ ਗਾਣਾ ਨਾ ਕਰਦਾ ਤਾਂ ਵੀ ਮੈਨੂੰ ਕੰਮ ਨਹੀਂ ਸੀ ਮੁੱਕਣਾ ਠੋਕਰ ਗਾਣਾ ਮੈਂ ਆਪਣੇ ਲਈ ਇਹ ਸਮਝਦਾ ਮੈਂ ਕਿਸਮਤ ਵਾਲਾ ਸੀ ਜਿਹੜਾ ਮੈਂ ਗਾਣਾ ਕੀਤਾ ਪਰ ਜੇ ਆਪਾਂ ਦੂਜੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਉਹ ਗਾਣੇ ਮੈਨੂੰ ਐਂ ਬੁਲਾਉਂਦੇ ਹੁੰਦੇ ਸੀਗੇ ਸ਼ੁਰੂਆਤ ਚ ਮੈਨੂੰ ਯਾਦ ਆ ਸ਼ੁਰੂ ਚ ਜਦੋਂ ਨਾਮ ਬਣਿਆ ਨਾ ਤੇ ਭਾਜੀ ਐ ਫਲਾਣੀ ਥਾਂ ਤੇ ਸਾਡੀ ਇੱਕ ਐਨ ਜੀ ਓ ਆ ਓਕੇ ਉਹ ਇੱਕ ਪ੍ਰੋਗਰਾਮ ਕਰਾ ਰਿਹਾ ਸੀ ਤੁਹਾਨੂੰ ਉੱਥੇ ਸਨਮਾਨਿਤ ਕਰਨਾ ਪਹਿਲਾਂ ਮੈਨੂੰ ਬੜਾ ਵਧੀਆ ਲੱਗਿਆ ਹਨਾ ਯਾਰ ਅੱਛਾ ਫੀਲ ਹੋਇਆ ਵੀ ਸਨਮਾਨਿਤ ਕਰਨਾ ਯਾਰ ਬੰਦਿਆਂ ਨੇ ਹਨਾ ਆਪਾਂ ਨੂੰ ਬੜੀ ਵਧੀਆ ਗੱਲ ਆ ਭਾਜੀ ਅਸੀਂ ਤੁਹਾਨੂੰ ਕੁਛ ਨਹੀਂ ਪੇ ਕਰ ਸਕਦੇ ਤੁਸੀਂ ਆਉਣਾ ਅਸੀਂ ਤੁਹਾਨੂੰ ਸਨਮਾਨਿਤ ਕਰਾਂਗੇ ਮੈਂ ਐਡੀ ਕਿਹੜੀ ਗੱਲ ਆ ਜਦ ਅਗਲਾ ਸਨਮਾਨਿਤ ਕਰਨ ਲਈ ਬੁਲਾ ਰਿਹਾ ਆਪਾਂ ਨੂੰ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਅੱਛਾ ਉੱਥੇ ਜਾ ਕੇ ਦੇਖਣਾ ਪਤੰਦਰਾਂ ਨੇ ਪੁੱਠਾ ਕੰਮ ਇਹ ਕੀਤਾ ਹੋਣਾ ਦੁਨੀਆਂ ਭਰ ਦੇ ਸਪੌਂਸਰ ਇਕੱਠੇ ਕੀਤੇ ਹੋਣੇ ਇਹ ਚੀਜ਼ ਮੈਨੂੰ ਇੱਕ ਪ੍ਰੋਗਰਾਮ ਚ ਨਹੀਂ ਸਮਝ ਆਈ ਮੈਨੂੰ 3-4 ਪ੍ਰੋਗਰਾਮ ਜਾਣ ਤੋਂ ਬਾਅਦ ਮੈਨੂੰ ਗੱਲ ਸਮਝ ਆਈ ਵੀ ਸਪੌਂਸਰ ਇਕੱਠੇ ਕਰਕੇ ਆਪ ਪੈਸੇ ਪਾ ਕੇ ਜੇਬਾਂ ਚ ਜਿਵੇਂ ਇੱਕ ਸਪੋਜ਼ ਗਰੀਬਾਂ ਦੀ ਦੀਵਾਲੀ ਸਮਝ ਗਿਆ ਮੈਂ ਉਹ ਗਰੀਬਾਂ ਨੂੰ ਤਾਂ ਵਿਚਾਰੇ ਨੂੰ ਮਿਲਿਆ ਹੀ ਕੁਛ ਨੀ ਨਾ ਮੇਰੇ ਵਰਗੇ ਨੂੰ ਕੁਛ ਦਿੱਤਾ ਉਹ ਜਿਹੜੇ ਸਪੌਂਸਰ ਸੀਗੇ ਜਾਂ ਸੋਰੀ ਜਿਹੜੇ ਆਰਗੇਨਾਈਜ਼ਰ ਸੀ ਯਾਨੀ ਉਹ ਤੁਹਾਨੂੰ ਯੂਜ਼ ਕਰਦੇ ਆ ਬਈ ਜੇ ਤੁਸੀਂ ਕੋਈ ਗਾਣਾ ਦੂਜੇ ਲੋਡ ਕੀਤਾ ਹੋਵੇ ਤਾਂ ਤੁਹਾਨੂੰ ਐਟਲੀਸਟ ਉਹ ਇਹ ਨਹੀਂ ਕਹਿਣਗੇ ਵੀ ਤੁਹਾਨੂੰ ਸਨਮਾਨਿਤ ਕਰ ਲਈ ਬੁਲਾਉਣਾ ਸਿੱਧੀ ਜੀ ਗੱਲ ਆ ਭਾਜੀ ਗਾਉਣਾ ਤਾਂ ਕਰਕੇ ਬੁਲਾਉਣਾ ਗੱਲ ਖਤਮ ਯਾਨੀ ਇਹ ਆਪਣੇ ਲੋਕਾਂ 'ਚ ਥੋੜੀ ਜੀ ਦੋਗਲਾ ਸਟੈਂਡ ਆ ਸੁਣਨ ਵਾਲਿਆਂ 'ਚ ਅੱਛਾ ਭਾਜੀ ਕੋਈ ਐਸਾ ਸ਼ਖਸ ਮਿਲਿਆ ਲਾਈਫ ਤੋਂ ਜਿਹਨੇ ਜੋ ਕੰਮ ਕੀਤਾ ਤੁਹਾਨੂੰ ਉਸ ਤੋਂ ਉਮੀਦ ਨਹੀਂ ਸੀ ਕੋਈ ਇਦਾਂ ਦਾ ਸ਼ਖਸ ਆਇਆ ਲਾਈਫ 'ਚ ਪੋਜ਼ਿਟਿਵ ਜਾਂ ਨੈਗੇਟਿਵ ਉਹ ਦੋਨੇ ਪਾਸਿਓਂ ਹੋ ਸਕਦਾ ਤੁਸੀਂ ਇੰਡਸਟਰੀ ਦੇ ਪੁਆਇੰਟ ਆਫ ਵਿਊ ਨਾਲ ਜਾਂ ਵੈਸੇ ਵੈਸੇ ਜਨਰਲੀ ਵੀ ਹੋ ਸਕਦਾ ਇੰਡਸਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਹੋ ਸਕਦਾ ਕੋਈ ਐਸਾ ਬੰਦਾ ਜਿਸ ਤੋਂ ਤੁਸੀਂ ਉਮੀਦ ਕੁਝ ਹੋਰ ਲਗਾਉਂਦੇ ਸੀ ਹੋ ਜਾਂਦਾ ਕਈ ਆਰਟਿਸਟ ਨੇ ਹੁਣ ਸਮਝ ਲਓ ਵੀ ਫੋਰ ਐਗਜ਼ਾਮਪਲ ਅਮਰਿੰਦਰ ਗਿੱਲ ਭਾਜੀ ਨੇ ਮੈਂ ਬੜਾ ਉਹਨਾਂ ਨੂੰ ਦੇਖਦਾ ਨਾ ਵੀ ਬਹੁਤ ਸੋਹਣਾ ਕੰਮ ਕੀਤਾ ਉਹਨਾਂ ਨੇ ਹੁਣ ਤੱਕ ਹਨਾ ਪਰ ਇੱਕ ਅੱਧੀਆਂ ਪਿੱਛੇ ਜੇ ਸਮਝ ਲਓ ਵੀ ਫਿਲਮਾਂ ਮੈਨੂੰ ਮੈਂ ਦੇਖਿਆ ਮੈਂ ਉਹਨਾਂ ਦਾ ਫੈਨ ਆ ਇੱਕ ਸੁਣਨ ਨੂੰ ਫੈਨ ਉਸ ਤਰੀਕੇ ਫੈਨ ਨਹੀਂ ਹੈਗਾ ਪਰ ਮੈਨੂੰ ਕੰਮ ਬੜਾ ਵਧੀਆ ਲੱਗਦਾ ਉਹਨਾਂ ਦਾ ਜਿਹੜਾ ਸਟਾਈਲ ਆ ਉਹਨਾਂ ਦਾ ਬੜਾ ਉਹਨਾਂ ਉਸ ਤਰੀਕੇ ਦਾ ਫੈਨ ਆ ਮੈਂ ਚਾਹੁੰਦਾ ਹੁੰਦਾ ਵੀ ਮੈਂ ਵੀ ਉਦਾਂ ਫੋਲੋ ਕਰਾਂ ਓਕੇ ਨਾ ਉਹ ਇੰਸਟਾ ਤੇ ਯਾਰ ਕੋਈ ਪੋਸਟ ਪਾਉਂਦੇ ਆ ਨਾ ਸਨੈਪਚੈਟ ਤੇ ਕੁਝ ਕਰਦੇ ਆ ਨਾ ਫਿਰ ਵੀ ਬੰਦਾ ਉਹ ਨਾ ਫੇਸਬੁੱਕ ਤੇ ਇੰਨੇ ਜ਼ਿਆਦਾ ਐਕਟਿਵ ਆ ਭਾਈ ਨਹੀਂ ਨਹੀਂ ਹੈਗੇ ਕੰਮ ਕਰਦੇ ਆ ਕਿੰਨਾ ਸੋਹਣਾ ਕਰਦੇ ਆ ਪਿੱਛੇ ਜੇ ਇੱਕ ਅੱਧਾ ਪ੍ਰੋਡਕਟ ਉਹਨਾਂ ਦਾ ਇਦਾਂ ਆਇਆ ਸੀ ਜਿਹੜਾ ਮੈਨੂੰ ਨਹੀਂ ਸੀ ਜਚਿਆ ਓਕੇ ਜਿਹੜਾ ਮੈਨੂੰ ਐਂ ਲੱਗਿਆ ਵੀ ਯਾਰ ਅਮਰਿੰਦਰ ਗਿੱਲ ਭਾਜੀ ਦਾ ਐਡਾ ਲੈਵਲ ਆ ਜਾਂ ਉਹ ਇੰਨੇ ਥਰਮੇ ਨਾਲ ਇੱਕ ਪ੍ਰੋਡਕਟ ਬਣਾਉਂਦੇ ਆ ਤੇ ਵੀ ਵਧੀਆ ਹੋਣਾ ਚਾਹੀਦਾ ਸੀ ਅੱਛਾ ਭਾਜੀ ਤੁਹਾਡੀ ਜ਼ਿੰਦਗੀ ਦਾ ਕੋਈ ਐਸਾ ਫੈਕਟਰ ਹੈ ਜਿਹਨੇ ਤੁਹਾਨੂੰ
ਸੋਚਿਆ ਨਹੀਂ ਸੀਗਾ ਵੀ ਇੰਨੀ ਸਮਝ ਲਓ ਵੀ ਲੋਕਾਂ ਵੱਲੋਂ ਦੁਆਵਾਂ ਮਿਲਣਗੀਆਂ। ਇੱਕ ਤਾਂ ਹੁੰਦਾ ਵੀ ਤੁਹਾਨੂੰ ਲੋਕ ਕਹਿੰਦਾ ਵੀ ਤੁਸੀਂ ਸਿੰਗਰ ਬਣ ਗਏ, ਜਿਹੜੇ ਮੈਨੂੰ ਮੈਸੇਜਸ ਆਏ ਸੀਗੇ ਠੋਕਰ ਗਾਣੇ ਤੋਂ ਬਾਅਦ, ਉਹ ਕਈ ਮੁੰਡੇ ਨਵੇਂ ਭਰਤੀ ਹੋਏ ਪੰਜਾਬ ਪੁਲਿਸ ਚ, ਉਹਨਾਂ ਦੇ ਮੈਨੂੰ ਮੈਸੇਜ ਆਏ ਕਿ ਅਸੀਂ ਟੈਸਟ ਕਲੀਅਰ ਕੀਤਾ ਤੇ ਅਸੀਂ ਤੁਹਾਡਾ ਗਾਣਾ ਲਾ ਕੇ ਰਨਿੰਗ ਕਰਦੇ ਹੁੰਦੇ ਸੀ। ਓਕੇ। ਜਾਂ ਮੈਨੂੰ ਜਿਹੜੇ ਆਪਣੇ ਦਿੱਲੀ ਵਗੈਰਾ ਚ ਇੰਸਟੀਟਿਊਟ ਨੇ ਜਿਹੜੇ UPSC ਦੀ ਤਿਆਰੀ ਕਰਦੇ ਆ, ਉਹਨਾਂ ਦੇ ਬੜੇ ਮੈਸੇਜ ਆਏ। ਓਕੇ। ਜਦੋਂ ਇਦਾਂ ਦੇ ਵਰਗ ਦੇ ਇਦਾਂ ਦਾ ਯੂਥ ਦਾ ਮੈਨੂੰ ਮੈਸੇਜ ਆਏ ਨਾ ਠੋਕਰ ਗਾਣੇ ਤੋਂ ਬਾਅਦ ਜੀ, ਤੇ ਐ ਨੀ ਹੈ ਵੀ ਉਹ 10 ਦਿਨਾਂ ਜਾਂ 15 ਦਿਨਾਂ ਆਏ, ਹੁਣ ਤੱਕ ਆਉਂਦੇ ਆ, ਹੁਣ ਤੱਕ ਮੈਨੂੰ ਬੰਦੇ ਮਿਲਦੇ ਆ। ਮੋਰਓਵਰ ਭਾਜੀ ਉਸ ਗਾਣੇ ਨੇ ਬੈਂਚਮਾਰਕ ਸੈੱਟ ਕੀਤਾ ਹੈ। ਹਾਂਜੀ ਹਾਂਜੀ, ਹੁਣ ਤੱਕ ਮੈਨੂੰ ਬੰਦੇ ਮਿਲਦੇ ਆ ਆਪਣੀ ਰੀਅਲ ਲਾਈਫ 'ਚ ਜਿਹੜੇ ਕਹਿੰਦੇ ਆ ਕਿ ਅਸੀਂ ਉਹ ਗਾਣਾ ਸੁਣ ਕੇ ਅੱਜ ਇਹ ਪੋਸਟ ਤੇ ਹੈਗੇ ਆ। ਫਿਰ ਮੈਨੂੰ ਉਸ ਵਕਤ ਇੰਨਾ ਕੁ ਮਤਲਬ ਆਨੰਦ ਆਉਂਦਾ, ਯਾਨੀ ਛੱਡ ਦੋ ਗੱਲਾਂ, ਫਿਰ ਮੈਂ ਐਂ ਸੋਚਦਾ ਹੁੰਦਾ ਵੀ ਇੱਕ ਪਰਮਾਤਮਾ ਨੇ ਡਿਊਟੀ ਲਾਈ ਸੀਗੀ, ਸਮਝ ਲਓ ਵੀ ਇਹ ਗਾਣਾ ਨਹੀਂ ਸੀਗਾ, ਇੱਕ ਡਿਊਟੀ ਲਾਈ ਸੀਗੀ ਵੀ ਭਾਈ ਤੂੰ ਜਾ ਕੇ ਇਹ ਕੰਮ ਕਰਕੇ ਆ, ਚਾਰ ਬੰਦਿਆਂ ਨੂੰ ਤੂੰ ਮੋਟੀਵੇਟ ਕਰ। ਫਿਰ ਮੈਨੂੰ ਬਸ ਖੁਸ਼ੀ ਦੀ ਹੱਦ ਨਹੀਂ। ਅੱਛਾ ਭਾਜੀ, ਮੈਂ ਨਹੀਂ ਆਉਣਾ ਦੀਆਂ ਲਾਈਨਾਂ, ਫਿਰ ਆਪਾਂ ਅੱਗੇ ਇੱਕ ਟਾਸਕ ਵੀ ਤੁਹਾਡੇ ਕੋਲ ਪਰਫਾਰਮ ਕਰਾਣਾ, ਆਣ ਦਿਓ। ਸਤਾਇਆ ਨਾ ਕਰਵੇ ਰਵਾਇਆ ਨਾ ਕਰਵੇ, ਪਿਆਰ ਕਰਦੀਆਂ ਗਲੇ ਨਾਲ ਲਾਇਆ ਤਾਂ ਕਰਵੇ, ਸਾਹ ਸੁੱਕ ਜਾਣਾ ਵੇ ਮਰ ਮੁੱਕ ਜਾਣਾ ਵੇ, ਜੇ ਤੂੰ ਪਾਲਿਆ ਵਿਛੋੜਾ ਮੈਥੋਂ ਸਹਿ ਨਹੀਂ ਹੋਣਾ, ਵੇ ਇੱਕ ਦਿਨ ਮੈਂ ਨਹੀਂ ਹੋਣਾ ਤੈਨੂੰ ਚੈਨ ਮਿਲ ਜਾਣਾ, ਤੈਨੂੰ ਯਾਦ ਮੇਰੀ ਆਉਣੀ ਮੁੜ ਕੇ ਮੈਂ ਨਹੀਂ ਆਉਣਾ, ਇੱਕ ਦਿਨ ਮੈਂ ਨਹੀਂ ਹੋਣਾ ਵੇ ਤੈਨੂੰ ਚੈਨ ਮਿਲ ਜਾਣਾ, ਤੈਨੂੰ ਯਾਦ ਮੇਰੀ ਆਉਣੀ ਮੁੜ ਕੇ ਮੈਂ ਨਹੀਂ ਆਉਣਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਹੀ ਖੂਬ। ਥੈਂਕ ਯੂ। ਅੱਛਾ ਬਾਜੀ, ਹੁਣ ਵਾਰੀ ਹੈ ਟਾਸਕ ਪਰਫਾਰਮ ਕਰਨ ਦੀ। ਮੈਂ ਕੁਝ ਐਕਟ੍ਰੈਸਿਸ ਦੇ ਨਾਮ ਲਊਂਗਾ, ਜਿਹੜੀਆਂ ਐਕਟ੍ਰੈਸਿਸ ਨੇ, ਸਿੰਗਰਸ ਨੇ, ਠੀਕ ਹੈ, ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗੀ ਉਹਨੂੰ ਕਹਿਣਾ ਜਿਹੜੀ ਘੱਟ ਚੰਗੀ ਲੱਗੀ ਇਸ ਤਰੀਕੇ ਨਾਲ ਤੁਸੀਂ ਰਿਐਕਟ ਕਰਨਾ, ਠੀਕ ਹੈ ਜੀ? ਹਾਂ ਜਾਂ ਨਾ ਚ ਜਵਾਬ ਨਹੀਂ ਦੇਣਾ, ਨਾ ਹੀ ਬੋਲ ਕੇ ਦੱਸਣਾ। ਹਾਂ ਜੀ, ਕਰਾਂਗਾ। ਠੀਕ ਹੈ, ਚਲੀਏ ਸ਼ੁਰੂ ਕਰੀਏ ਬਾਜੀ। ਓਕੇ, ਸਭ ਤੋਂ ਪਹਿਲਾਂ ਨਿਮਰਤ ਖਹਿਰਾ। ਓਕੇ, ਸੁਰਿੰਦਰ ਸ਼ਰਮਾ। ਸ਼ਹਿਨਾਜ਼ ਗਿੱਲ। ਕੌਰਬੀ। ਰੁਪਿੰਦਰ ਹਾਂਡਾ। ਗਗਨ ਅਨਮੋਲ ਮਾਨ। ਨੀਰੂ ਬਾਜਵਾ। ਸੁਰਵੀਨ ਚਾਵਲਾ। ਓਕੇ, ਹਿਮਾਂਸ਼ੀ ਖੁਰਾਨਾ। ਸਾਰਾ ਗੁਰਪਾਲ। ਕਿਆ ਬਾਤ ਹੈ, ਸਭ ਕੁਝ ਸਮਝ ਲੱਗ ਗਿਆ। ਅੱਛਾ ਭਾਜੀ, ਬਹੁਤ ਚੰਗਾ ਲੱਗਿਆ ਤੁਸੀਂ ਆਏ, ਔਰ ਮੈਂ ਉਮੀਦ ਕਰਦਾ ਜਿੰਨੇ ਵੀ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਨੇ ਸੁਪਰ ਡੁਪਰ ਹਿੱਟ ਜਾਣ, ਗੋਲਡਨ ਹਾਰਟ ਲੋਕਾਂ ਦੇ ਗੋਲਡਨ ਦਿਲਾਂ ਦੇ ਵਿੱਚ ਹੀ ਵੱਸ ਜਾਵੇ, ਔਰ ਜਿੰਨਾ ਪਿਆਰ ਤੁਹਾਨੂੰ ਠੋਕਰ ਗਾਣੇ ਤੋਂ ਮਿਲਿਆ, ਬੁਲੰਦੀਆਂ ਤੋਂ ਮਿਲਿਆ ਜਾਂ ਬਾਕੀ ਗਾਣਿਆਂ ਤੋਂ ਮਿਲਿਆ, ਉਸੇ ਤਰੀਕੇ ਨਾਲ ਇਸ ਗਾਣੇ ਨੂੰ ਵੀ ਪਿਆਰ ਮਿਲਿਆ। ਔਰ ਹੁਣ ਤੁਹਾਡੇ ਲਈ ਇੱਕ ਗਿਫਟ ਹੈ, ਮੈਂ ਚਾਹੂੰਗਾ ਤੁਸੀਂ ਇਹਨੂੰ ਆਪ ਖੋਲੋ। ਕੀ ਪਤਾ ਕੁਛ ਘੈਂਟ ਚੀਜ਼ ਹੋ ਜਾਵੇ। ਖਾਣ ਵਾਲੀ ਚੀਜ਼ ਤਾਂ ਨਹੀਂ ਹੈ? ਨਹੀਂ, ਖਾਣ ਵਾਲੀ ਆਪਾਂ ਬਾਅਦ ਚ ਖਵਾਵਾਂਗੇ, ਪਹਿਲਾਂ ਇਹ ਖੋਲੋ ਤੁਸੀਂ, ਬੜੀ ਵਧੀਆ ਚੀਜ਼ ਹੈ ਇਹ। ਟੈਨਸ਼ਨ ਛੱਡੀ ਸਾਰੀ ਹੈ, ਗੱਲਾਂ ਦੀ ਤਿਆਰੀ ਹੈ, ਹੈਪੀ ਈਵਨਿੰਗ ਵਿੱਚ ਸਾਡੇ ਨਾਲ ਗੈਰੀ ਹੈ। ਟੈਨਸ਼ਨ ਛੱਡੀ ਸਾਰੀ ਹੈ, ਗੱਲਾਂ ਦੀ ਤਿਆਰੀ ਹੈ, ਹੈਪੀ ਈਵਨਿੰਗ ਵਿੱਚ ਸਾਡੇ ਨਾਲ ਗੈਰੀ ਹੈ। ਹੈਪੀ ਹੈਪੀ ਈਵਨਿੰਗ, ਹਾਂ ਹੈਪੀ ਈਵਨਿੰਗ, ਹੈਪੀ ਹੈਪੀ ਈਵਨਿੰਗ ਸਾਡੇ ਨਾਲ।